ਤੇਜ਼ ਰਫ਼ਤਾਰ ਵਰਨਾ ਕਾਰ ਦਾ ਕਹਿਰ ਦੇਖਣ ਨੂੰ ਮਿਲਿਆ, ਜਿਸ ਨੇ ਕਿ ਰਾਹ ਜਾਂਦੇ 3 ਨੌਜਵਾਨਾਂ ਨੂੰ ਕੁਚਲ ਕੇ ਰੱਖ ਦਿੱਤਾ ਹੈ। ਦਰਅਸਲ ਕਿਹਾ ਜਾ ਰਿਹਾ ਕਿ 2 ਨੌਜਵਾਨ ਗੰਭੀਰ ਰੂਪ ਨਾਲ ਜ਼ਖਮੀ ਹੋਏ ਨੇ, ਜਦਕਿ 1 ਦੀ ਮੌਕੇ 'ਤੇ ਹੀ ਮੌਤ ਹੋ ਗਈ ਹੈ। ਹਾਦਸਾ ਉਸ ਸਮੇਂ ਵਾਪਰਿਆ ਜਦੋਂ 3 ਨੌਜਵਾਨ ਸ਼ਾਮ ਦੇ ਸਮੇਂ ਸੜਕ 'ਤੇ ਜਾ ਰਹੇ ਸੀ ਤਾਂ ਅਚਾਨਕ ਹੀ ਪਿੱਛੋਂ ਦੀ ਤੇਜ਼ ਰਫ਼ਤਾਰ ਵਰਨਾ ਕਾਰ ਨੇ ਟੱਕਰ ਮਾਰ ਦਿੱਤੀ, ਜਿਨ੍ਹਾਂ ਦੇ ਵਿੱਚੋਂ 1 ਦੀ ਤਾਂ ਮੌਕੇ 'ਤੇ ਹੀ ਮੌਤ ਹੋ ਜਾਂਦੀ ਹੈ, ਜਦਕਿ 2 ਗੰਭੀਰ ਰੂਪ ਨਾਲ ਜ਼ਖਮੀ ਹੋ ਜਾਂਦੇ ਨੇ। ਹਾਲਾਂਕਿ ਕਾਰ ਚਾਲਕ ਉਸ ਸਮੇਂ ਮੌਕੇ ਤੋਂ ਫਰਾਰ ਹੋ ਗਿਆ ਸੀ, ਪਰੰਤੂ ਜਿਵੇਂ ਹੀ ਪੁਲਿਸ ਨੂੰ ਇਸ ਘਟਨਾ ਸੰਬੰਧੀ ਸੂਚਨਾ ਦਿੱਤੀ ਗਈ ਤਾਂ ਪੁਲਿਸ ਦੇ ਵੱਲੋਂ ਐਕਸ਼ਨ ਲੈਂਦੇ ਹੋਏ ਉਸ ਕਾਰ ਨੂੰ ਪਕੜ ਲਿਆ। ਹਾਲਾਂਕਿ ਜਦੋਂ ਕਾਰ ਨੂੰ ਪਕੜਿਆ ਗਿਆ ਤਾਂ ਉਸ ਸਮੇਂ ਜਿਵੇਂ ਹੀ ਪਿੰਡ ਵਾਸੀਆਂ ਨੂੰ ਵੀ ਇਸ ਦੀ ਸੂਚਨਾ ਮਿਲਦੀ ਹੈ ਤਾਂ ਉਹਨਾਂ ਦੇ ਵੱਲੋਂ ਥਾਣੇ ਦਾ ਘਿਰਾਓ ਕੀਤਾ ਜਾਂਦਾ, ਇਨਸਾਫ਼ ਦੀ ਗੁਹਾਰ ਲਗਾਈ ਜਾਂਦੀ ਹੈ। ਤਾਂ ਇਹ ਤਸਵੀਰਾਂ ਜੋ ਤੁਹਾਡੀ ਸਕਰੀਨ 'ਤੇ ਨੇ ਉਹ ਸੰਗਰੂਰ ਤੋਂ ਸਾਹਮਣੇ ਆਈਆਂ ਨੇ, ਜਿੱਥੇ ਕਿ 1 ਤੇਜ਼ ਰਫ਼ਤਾਰ ਵਰਨਾ ਕਾਰ ਨੇ ਰਾਹ ਜਾਂਦੇ 3 ਨੌਜਵਾਨਾਂ ਨੂੰ ਟੱਕਰ ਮਾਰ ਦਿੱਤੀ, ਜਿਸ ਦੇ ਵਿੱਚੋਂ 1 ਦੀ ਮੌਕੇ 'ਤੇ ਹੀ ਮੌਤ ਹੋ ਗਈ। ਮੇਰਾ ਨਾਂ ਰਮਨਦੀਪ ਸਿੰਘ ਹੈ ਜੀ, ਅੱਜ ਅਸੀਂ ਥਾਣੇ ਆਏ ਹਾਂ ਜੀ। ਅਤੇ ਥਾਣੇ ਕਿਵੇਂ ਕੱਟ ਕੀਤਾ ਹੈਗਾ ਤੁਸੀਂ ਸਾਰੇ? ਕੱਲ੍ਹ ਸਾਡੇ ਪਿੰਡ ਵਿੱਚ ਰਾਤ 1 ਹਾਦਸਾ ਹੋਇਆ ਜੀ। ਉਹਦੇ ਵਿੱਚ 3 ਮੁੰਡੇ ਸੀਗੇ ਜੀ, ਉਹਨਾਂ ਵਿੱਚ ਆਪਦੀ ਸਾਈਡ 'ਤੇ ਜਾ ਰਹੇ ਸੀਗੇ ਅਤੇ ਉਹਨਾਂ ਦੇ ਵਿੱਚ ਗੱਡੀ ਲੱਗੀ ਆ ਅਤੇ ਫੁੱਲ ਰਫ਼ਤਾਰ ਨਾਲ ਆਈ ਆ, ਵਰਨਾ ਗੱਡੀ ਆ ਅਤੇ ਉਹ ਸਾਨੂੰ ਅੱਜ ਥਾਣੇ ਵਿੱਚ ਮਿਲੀ ਆ ਅਤੇ ਸਾਨੂੰ ਉਹ 'ਤੇ ਪੂਰਾ ਸ਼ੱਕ ਹੈਗਾ। ਐਕਸੀਡੈਂਟ ਹੋਇਆ ਸੀ ਉੱਥੇ ਕਿੰਨੇ ਬੰਦੇ ਜ਼ਖਮੀ ਹੋਏ ਨੇ? ਕਿੰਨੇ? 1 ਬੰਦੇ ਦੀ ਮੌਤ ਹੋਈ ਆ ਅਤੇ 2 ਜ਼ਖਮੀ ਹੋਏ ਨੇ, ਉਹ ਅਜੇ ਹਸਪਤਾਲ 'ਚ ਨੇ। ਕਿੱਥੇ ਦਾਖਲ ਨੇ ਉਹ? ਦੂਜੇ ਉਹ ਪਟਿਆਲਾ ਦਾਖਲ ਨੇ। ਕਿਸ ਤਰ੍ਹਾਂ ਦੀ ਮੰਗ ਕਰਦੇ ਹੋ ਤੁਸੀਂ? ਹਾਂਜੀ, ਕਿਸ ਤਰ੍ਹਾਂ ਦੀ ਮੰਗ ਕਰਦੇ ਹੋ ਕਿ ਇਹਨਾਂ ਦੇ ਆਰੋਪੀਆਂ 'ਤੇ ਕੀ ਹੋਣਾ ਚਾਹੀਦਾ? ਕੀ ਸਾਨੂੰ ਇਨਸਾਫ ਚਾਹੀਦਾ ਜੀ, ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ, ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਜੀ। ਰਾਤ ਭਾਈ ਕਿਸ਼ੋਰ 7:30 ਤਕਰੀਬਨ ਦਾ ਸਮਾਂ ਜਿਹੜਾ ਰਾਤ ਦਾ, ਅਤੇ ਸਾਡੇ ਪਿੰਡ ਦੇ ਨੌਜਵਾਨ ਸੀਗੇ, 3 ਨੌਜਵਾਨ ਸੀਗੇ ਅਤੇ ਉਹ ਆ ਰਹੇ ਸੀਗੇ ਆਪਣਾ ਦਿਹਾੜੀ ਕਰਕੇ ਗੁੱਗਾ ਮੇੜੀ ਕੋਲ, ਇਹ ਜਿਹੜਾ ਹਾਦਸਾ ਵਾਪਰਿਆ। ਅਤੇ ਇਹ ਗੱਡੀ ਹੈ ਜਿਹੜੀ ਵਰਨਾ ਚਿੱਟੇ ਰੰਗ ਦੀ ਅਤੇ ਉੱਪਰੋਂ ਛਾਤੇ ਦੀ ਕਾਲੀ ਹੈ। ਇਹ ਫੁੱਲ ਸਪੀਡ 'ਤੇ, ਜਿਹੜਾ ਮੌਕਾ ਗਵਾਹਾਂ ਦੇ ਕਹਿਣ ਮੁਤਾਬਕ ਫੁੱਲ ਸਪੀਡ 'ਤੇ ਗੱਡੀ ਜਿਗਜੈਗ ਤਰੀਕੇ ਦੇ ਨਾਲ ਆਉਂਦੀ ਹੈ ਭੱਜੀ ਹੋਈ। ਅਤੇ ਇਹ ਮੁੰਡੇ ਜਿਹੜੇ ਨੌਜਵਾਨ ਪਿੰਡ ਨੂੰ ਆ ਰਹੇ ਸੀਗੇ, ਇਹ ਸਾਈਡ 'ਤੇ ਇੱਕ ਸਾਈਡ 'ਤੇ ਆ ਰਹੇ ਸੀਗੇ ਅਤੇ ਇਹਨਾਂ ਨੂੰ ਇੱਕੋ ਲਗਤਾ ਜਿਹੜੀ ਗੱਡੀ ਹਿੱਟ ਕਰਕੇ ਲਿਜਾਂਦੀ ਹੈਗੀ, ਉੜਾ ਕੇ ਜਾਂਦੀ ਹੈਗੀ ਅਤੇ 3 ਗਰੀਵਸ ਇੰਜਣ ਹੋ ਜਾਂਦੇ ਨੇ। ਅਤੇ ਇਸ ਵਿੱਚੋਂ ਇੱਕ ਜਿਹੜਾ ਲਖਵਿੰਦਰ ਸਿੰਘ ਹੈਗਾ, ਉਸਦੀ ਜਿਹੜੀ ਹੋਸਪਿਟਲ ਸੁਨਾਮ ਦੇ ਵਿੱਚ ਜਿਹੜਾ ਡਾਕਟਰ ਵੱਲੋਂ ਡਿਕਲੇਅਰ ਕੀਤਾ ਗਿਆ ਕਿ ਉਹਦੀ ਡੈਥ ਹੋ ਗਈ ਹੈ, ਅਤੇ 2 ਬੰਦੇ ਨੇ ਜਿਹੜੇ ਉਹ ਹਾਲੇ ਜੇਰੇ ਇਲਾਜ ਨੇ, ਉਹ ਫੁੱਲ ਜ਼ਖਮੀ ਚੱਲ ਰਹੇ ਨੇ। ਇਹ ਗੱਡੀ ਕਿੰਨਾ ਨੇ ਫੜੀ ਹੈ ਅਤੇ ਹੁਣ ਤੁਸੀਂ ਥਾਣੇ ਲੈ ਰਹੇ ਪਹੁੰਚੇ ਹੋ? ਹਾਂਜੀ। ਕਿਸ ਤਰ੍ਹਾਂ ਦੀ ਮੰਗ ਕਰ ਰਹੇ ਹੋ? ਮੰਗ ਸਰ, ਅਸੀਂ ਇਹੀ ਮੰਗ ਕਰ ਰਹੇ ਹਾਂ ਕਿ ਜਿਹੜਾ ਪਰਿਵਾਰਾਂ ਦੇ ਨਾਲ ਹੈ, ਜਿਹੜਾ ਵਿਕਟਿਮਸ ਨੇ, ਉਹਨਾਂ ਦੇ ਨਾਲ ਇਨਸਾਫ ਹੋਣਾ ਚਾਹੀਦਾ ਅਤੇ ਉਹਨਾਂ ਨੂੰ ਪ੍ਰੋਪਰਲੀ ਨਿਆਂ ਮਿਲਣਾ ਚਾਹੀਦਾ ਅਤੇ ਜਿਹੜਾ ਇਹਦੇ ਵਿੱਚ ਅਕਿਊਜ਼ ਹੈ, ਦੋਸ਼ੀ ਹੈਗਾ, ਉਹਨੂੰ ਅਰੈਸਟ ਕਰਕੇ ਗੱਡੀ ਜ਼ਬਤ ਕਰਕੇ ਉਹ 'ਤੇ ਬਣਦੀ ਕਾਰਵਾਈ ਹੈ ਜਿਹੜਾ ਉਹ ਹੋਣੀ ਚਾਹੀਦੀ ਹੈ। ਇਹ ਲਾਸਟ ਨਾਈਟ ਜੀ ਇਹ ਐਕਸੀਡੈਂਟ ਹੋਇਆ, 3 ਲੜਕੇ ਸੀਗੇ ਭਾਈ ਕਿਸ਼ੋਰ ਦੇ, ਲਖਵਿੰਦਰ ਸਿੰਘ, ਮਨਜਿੰਦਰ ਅਤੇ ਮਨਪ੍ਰੀਤ। ਇਹ ਪੈਦਲ ਜਾ ਰਹੇ ਸੀਗੇ, ਇੱਕ ਵਰਨਾ ਕਾਰ ਜੋ ਆਪਣਾ ਬਿਆਨ ਹੋਇਆ, ਅਤੇ ਉਹਨੇ ਲਿਆ ਕੇ ਲਾਪਰਵਾਹੀ ਨਾਲ ਰੈਸ਼ ਡਰਾਈਵਿੰਗ ਕਰਦੇ ਹੋਏ ਇਹਨਾਂ ਉੱਤੇ ਚੜ੍ਹਤੀ ਹੈ, ਜਿਹਦੇ ਨਾਲ ਜਿਹੜਾ ਲਖਵਿੰਦਰ ਸਿੰਘ ਹੈ ਉਹਦੀ ਡੈਥ ਹੋ ਗਈ ਹੈ। ਬਾਕੀ 2 ਜਿਹੜੇ ਮਨਪ੍ਰੀਤ ਅਤੇ ਮਨਜਿੰਦਰ ਨੇ ਉਹ ਪਟਿਆਲੇ ਦਾਖਲ ਨੇ, ਇੱਕ ਅਮਰ ਹਸਪਤਾਲ 'ਚ ਅਤੇ ਇੱਕ ਦੂਸਰਾ ਰਜਿੰਦਰਾ 'ਚ ਹੈ। ਸਰ, ਉਸ ਤੋਂ ਬਾਅਦ ਗੱਡੀ ਕਿਸ ਤਰ੍ਹਾਂ ਕਾਬੂ ਕਰੀ, ਕਿਉਂਕਿ ਉਹ ਮੌਕੇ 'ਤੇ ਮਾਰ ਕੇ ਭੱਜ ਗਏ ਸੀਗੇ,
ਨਹੀਂ ਉਹ ਭੱਜ ਗਏ ਸੀਗੇ ਜੀ, ਅੱਜ ਅਸੀਂ ਸਾਡੇ ਕੋਲ ਇਹਨਾਂ ਨੇ ਆਪਣਾ ਸਟੇਟਮੈਂਟ ਲਿਖਾਇਆ ਅਤੇ ਉਹਦੇ ਆਧਾਰ 'ਤੇ ਅਸੀਂ ਬਾਈ ਨੇ ਮੈਂ ਫੇਰ ਦਰਜ ਕਰ ਰਿਹਾ। ਪਹਿਲਾਂ ਇਹਨਾਂ ਨੂੰ ਦੁਪਹਿਰ ਤੱਕ ਨਹੀਂ ਸੀ ਪਤਾ ਵੀ, ਫਿਰ ਇਹਨਾਂ ਨੇ ਆਪਣੇ ਤੌਰ 'ਤੇ ਵੈਰੀਫਾਈ ਕੀਤਾ ਅਤੇ ਅਸੀਂ ਵੀ ਇਹਦੇ 'ਚ ਵੈਰੀਫਾਈ ਕੀਤਾ ਅਤੇ ਉਹਨਾਂ ਨੇ ਜਿਹੜਾ ਹਰਤਾਵਲ ਸਿੰਘ ਫੌਜੀ ਹੈ ਆਪਣੇ ਸਿੱਖੂ ਬਾਸਪਿੰਡ ਦਾ, ਉਹਦੇ ਖਿਲਾਫ਼